ਦੀਪਕ ਜੀ, ਹੁਣ ਗੱਲ ਕਰੀਏ ਰਾਘਵ ਚੱਡਾ, ਉਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਪ੍ਰਤੀ ਡਿਊਟੀ ਸੀ, ਉਹ ਤੋਂ ਹੁਣ ਲੱਗਦਾ ਵੀ ਉਹ ਪਿੱਛੇ ਜੇ ਹਟਦੇ ਜਾ ਰਹੇ ਨੇ, ਜਿਵੇਂ ਪਾਰਟੀ ਤੋਂ ਅੱਖਾਂ ਹੀ ਫੇਰ ਗਏ, ਕੀ ਚੱਲ ਰਿਹਾ ਜੀ? ਦੇਖੋ, ਵੈਸੇ ਤਾਂ ਇਹ ਖਬਰ ਪੁਰਾਣੀ ਆ ਕਿ ਰਾਘਵ ਚੱਡਾ ਹੋਰੀ ਲੰਡਨ ਗਏ ਨੇ, ਕਹਿੰਦੇ ਜੀ ਅੱਖਾਂ ਦਾ ਇਲਾਜ ਕਰਾਉਣ, ਜੀ ਅਤੇ ਇਸ ਲਈ ਉਹ ਉੱਥੋਂ ਕਹਿੰਦੇ ਅਜੇ ਪਰਤੇ ਨਹੀਂ ਜੀ ਅਤੇ ਇੰਤਜ਼ਾਰ ਹੈ। ਪਰ ਰਾਘਵ ਚੱਡਾ ਹੋਰੀ ਪਾਰਟੀ ਦਾ ਦਿਲ ਨੇ, ਕੇਜਰੀਵਾਲ ਦੇ ਸਭ ਤੋਂ ਨੇੜਲੇ ਨੇ, ਚੋਕਲੇਟੀ ਚਿਹਰਾ ਟੈਲੀਫੀਨਾਂ 'ਤੇ ਚਮਕਦਾ ਰਿਹਾ, ਜੀ ਅਤੇ ਉਹ ਰਾਘਵ ਚੱਡਾ ਪਿਛਲੇ 40 ਦਿਨਾਂ ਤੋਂ ਗਾਇਬ ਨੇ। ਅਤੇ ਕੇਜਰੀਵਾਲ ਹੋਰਾਂ ਦੀ ਜੇਕਰ ਆਪਾਂ ਦੇਖੀਏ, 21 ਮਾਰਚ ਦੀ ਗ੍ਰਿਫਤਾਰੀ ਹੋਈ ਹੋਈ ਆ, ਉਹ ਤੇ 1 ਅਪ੍ਰੈਲ ਤੋਂ ਅੰਦਰ ਨੇ, ਮਤਲਬ ਜੇਲ੍ਹ ਦੇ ਵਿੱਚ ਨੇ, ਤਿਹਾੜ ਜੇਲ੍ਹ 'ਚ ਨਿਆਇਕ ਹਿਰਾਸਤ 'ਚ ਨੇ। ਸੋ ਉਸ ਹਵਾਲੇ ਨਾਲ ਲੰਬਾ ਸਮਾਂ ਹੋ ਗਿਆ, 30-24 ਦਿਨ ਹੋ ਗਏ ਉਹਨਾਂ ਨੂੰ ਇਹ ਸਾਰੇ ਪ੍ਰਕਿਰਿਆ ਦੇ ਵਿੱਚ, ਉਹਦੇ ਬਾਵਜੂਦ ਉਹਨਾਂ ਦਾ ਇੱਕ ਅੱਧਾ ਟਵੀਟ ਆਉਂਦਾ। ਪਰ ਹੁਣ ਜਿਹੜਾ ਪਹਿਲੋਂ ਉੱਭਰ ਕੇ ਆ ਰਿਹਾ ਉਹ ਇਹ ਕਿ ਕੀ ਰਾਘਵ ਚੱਡਾ ਆਮ ਆਦਮੀ ਪਾਰਟੀ ਤੋਂ ਅੱਖਾਂ ਫੇਰ ਗਏ? ਗਏ ਤਾਂ ਅੱਖਾਂ ਦਾ ਆਪਰੇਸ਼ਨ ਕਰਾਉਣ ਸੀ, ਫਿਰ ਅੱਖਾਂ ਫੇਰਨ ਦਾ ਮਸਲਾ ਕਿੱਥੋਂ ਆਇਆ? ਜੀ ਮਸਲਾ ਇਸ ਲਈ ਆਇਆ ਕਿ ਇੱਥੇ ਚਰਚਾ ਇਹ ਕਿ ਅੱਖਾਂ ਦੇ ਇਲਾਜ ਲਈ ਗਏ ਨੇ। ਉੱਥੇ ਲੰਡਨ ਦੇ ਵਿੱਚ ਉਹ ਆਪਣੀ ਧਰਮ ਪਤਨੀ ਪ੍ਰਨੀਤੀ ਚੋਪੜਾ ਦੇ ਨਾਲ ਲੰਡਨ ਸਕੂਲ ਆਫ ਇਕਨੋਮਿਕਸ ਦੇ ਸਮਾਗਮ ਸੀਗਾ ਇੰਡੀਆ ਫੋਰਮ ਦਾ 2024, ਉਹਦੇ ਵਿੱਚ ਵੀ ਨਜ਼ਰ ਆਏ। ਇਹ ਤੋਂ ਬਿਨਾਂ ਕਹਿੰਦੇ ਜੀ ਉੱਥੇ ਕੁਝ ਹੋਰ ਸਮਾਗਮਾਂ 'ਚ ਨਜ਼ਰ ਆ ਰਹੇ ਨੇ, ਅਤੇ ਪ੍ਰਨੀਤੀ ਇੱਧਰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਮੁੰਬਈ ਦੇ ਏਅਰਪੋਰਟ 'ਤੇ ਵੀ ਨਜ਼ਰ ਆਈ। ਜੀ ਪਰ ਇਹ ਸਾਰਿਆਂ ਦੇ ਬਾਵਜੂਦ ਉਹ ਕਿਤੇ ਵੀ ਕੇਜਰੀਵਾਲ ਦੇ ਪਹਿਲੂ 'ਤੇ ਬੋਲਦੇ ਨਜ਼ਰ ਨਹੀਂ ਆ ਰਹੇ। ਸੋ ਜਦੋਂ ਇਸ ਮਾਮਲੇ ਦੀ ਪੜਚੋਲ ਚੱਲੀ ਤਾਂ ਗੱਲ ਇਹ ਨਿਕਲੀ ਕਿ ਇੱਕ ਤਾਂ ਸ਼ਰਾਬ ਘੁਟਾਲੇ ਦਾ ਮਾਮਲਾ, ਉਸ ਮਾਮਲੇ 'ਚ ਕੇ ਕਵਤਾ ਔਰ ਕੇਜਰੀਵਾਲ ਦੇ ਵਿਚਾਲੇ ਕਹਿੰਦੇ ਇਹਨਾਂ ਦੀ ਚਰਚਾ ਸੀ ਕਿ ਇਹਨਾਂ ਤੱਕ ਵੀ ਈਡੀ ਆ ਸਕਦੀ ਹੈ। ਸੋ ਕਹਿੰਦੇ ਕਿ ਈਡੀ ਦੇ ਡਰ ਕਾਰਨ ਉਹ ਨਹੀਂ ਆ ਰਹੇ। ਦੂਸਰਾ, ਦਿੱਲੀ ਦੇ ਜਲ ਬੋਰਡ ਦਾ ਇੱਕ ਘੁਟਾਲੇ ਦਾ ਮਾਮਲਾ, ਉਹ 'ਚ ਕਹਿੰਦੇ 2 ਕਰੋੜ ਦੀ ਰਿਸ਼ਵਤ ਦਾ ਮਾਮਲਾ। ਬੇਸ਼ੱਕ ਉਸ ਮਾਮਲੇ ਦੀ ਚਾਰਜਸ਼ੀਟ ਦੇ ਵਿੱਚ ਰਾਘਵ ਚੱਡਾ ਦਾ ਨਾਮ ਨਹੀਂ ਹੈ, ਪਰ ਕਹਿੰਦੇ ਕਿ ਇਹਨਾਂ ਦਾ ਸੂਤਰ ਅਸੀਂ ਤੇ ਜੁੜਦਾ, ਇਸ ਲਈ ਕਹਿੰਦੇ ਉਹ ਵੀ ਪਹਿਲੂ ਖੜਾ। ਪਰ ਇੱਕ ਹੋਰ ਨਵੀਂ ਕਹਾਣੀ ਨਿਕਲ ਕੇ ਆ ਰਹੀ ਹੈ ਕਿ ਈਡੀ ਜਿਹੜਾ ਸ਼ਰਾਬ ਘੁਟਾਲੇ ਦਾ ਮਾਮਲਾ, ਉਸ ਮਾਮਲੇ 'ਚ ਈਡੀ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਜੀ, ਤਿਆਰੀ ਕੀਤੀ ਹੋਈ ਹੈ, ਅਤੇ ਇਹ ਸਪਲੀਮੈਂਟਰੀ ਚਾਰਜਸ਼ੀਟ ਜਿਹੜੀ ਦਾਇਰ ਹੋਣੀ ਆ, ਉਹਦੇ ਵਿੱਚ ਰਾਘਵ ਚੱਡਾ ਤੋਂ ਪੁੱਛਗਿੱਛ ਹੋ ਸਕਦੀ ਹੈ। ਸੋ ਉਹਦਾ ਆਧਾਰ ਇਹ ਬਣਨਾ। ਸੋ ਕੀ ਰਾਘਵ ਚੱਡਾ ਇਸ ਪੁੱਛਗਿੱਛ ਤੋਂ ਡਰਦੇ ਹਾਂ, ਸ਼ਰਾਬ ਘੁਟਾਲੇ ਤੋਂ ਡਰਦੇ ਹਾਂ, ਗ੍ਰਿਫਤਾਰੀ ਤੋਂ ਡਰਦੇ ਹਾਂ ਗਏ ਆ, ਜਾਂ ਕਹਿੰਦੇ ਜੀ ਪ੍ਰਨੀਤੀ ਦੀ ਸਿਸਟਰ ਪ੍ਰਿਯੰਕਾ ਚੋਪੜਾ ਦੀ ਸੱਤਾ ਦੇ ਨਾਲ ਚੰਗੀ ਬਣਦੀ ਹੈ, ਦਿੱਲੀ ਦੇ ਤਖ਼ਤ ਆਇਆਂ ਨਾਲ ਚੰਗੀ ਬਣਦੀ ਆ? ਕਹਿੰਦੇ ਉਹਨਾਂ ਦੇ ਹਵਾਲੇ ਨਾਲ ਦਿੱਲੀ ਦਾ ਜਿਹੜਾ ਕੇਜਰੀਵਾਲ ਵਾਲਾ ਤਖ਼ਤ ਹੈ ਉਹਦਾ ਵੀ ਸੌਦਾ ਚੱਲ ਰਿਹਾ, ਕਿਉਂਕਿ ਖੁਦ ਆਮ ਆਦਮੀ ਪਾਰਟੀ ਇਹ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੀ ਰਹੀ, ਆਪਸੀ ਕਹਿੰਦੀ ਰਹੀ ਕਿ ਸਾਡੇ MLAਆਂ ਨੂੰ 45-45 ਕਰੋੜ ਤੱਕ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਜੀ। ਇਸ ਲਈ ਕਹਿੰਦੇ ਜੀ ਕਿ ਉਹ ਸੂਚੀ ਦੇ ਵਿੱਚ ਕਿਤੇ ਰਾਘਵ ਚੱਡਾ ਦਾ ਨਾਮ ਤਾਂ ਨਹੀਂ ਆ ਗਿਆ ਕਿ ਹਾਂ ਭਾਈ ਆ ਜਾ ਤੈਨੂੰ ਤੈਨੂੰ ਮੁੱਖ ਮੰਤਰੀ ਬਣਾ ਦਿੰਦੇ ਆ ਤੇ ਜਾਂ ਤੂੰ ਪਰਤੀ ਨਾ ਨਹੀਂ ਤੇਰਾ ਵੀ। ਸੋ ਇਹਦੀਆਂ ਵੀ ਚਰਚਾਵਾਂ ਨੇ ਜੀ, ਇਹ ਸਾਰੇ ਪਹਿਲੂਆਂ ਨੇ ਇਹ ਸਵਾਲ ਖੜਾ ਕੀਤਾ ਇਸ ਮਸਲੇ ਤੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਬੋਲਣ ਲਈ ਤਿਆਰ ਨਹੀਂ, ਨਾ ਦਿੱਲੀ ਵਾਲੇ ਜਿਹਨਾਂ ਦਾ ਖਾਸ ਸੀ, ਨਾ ਪੰਜਾਬ ਵਾਲੇ ਜਿਹਨਾਂ ਨੇ ਰਾਜ ਸਭਾ ਭੇਜਿਆ ਸੀ। ਪਰ ਖਬਰ ਤਾਂ ਇਹ ਹੈ ਭਾਜੀ ਕਿ ਰਾਘਵ ਚੱਡਾ ਦਾ ਨਾਮ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ 'ਚ ਵੀ ਨਹੀਂ ਹੈ, ਇਹਦਾ ਮਤਲਬ ਕੁਛ ਅੱਖਾਂ ਫੇਰਨ ਦਾ ਮਸਲਾ ਤਾਂ ਹੈ, ਹੁਣ ਪਾਰਟੀ ਫੇਰੀ ਹੈ ਕਿ ਰਾਘਵ ਚੱਡਾ ਫੇਰ ਰਿਹਾ ਜੀ? ਅਤੇ ਦੀਪਕ ਜੀ ਦੱਸਿਓ, ਹੁਣ ਦਲ ਬਦਲਣ ਵਾਲੀ ਵਾਰੀ ਭਾਜਪਾ ਆਗੂ ਦੀ ਹੈ, ਕਿਹੜਾ ਭਾਜਪਾ ਆਗੂ ਹੁਣ ਦਲ ਬਦਲ ਰਿਹਾ, ਭਾਜਪਾ ਤੋਂ ਕਿਨਾਰਾ ਕਰ ਰਿਹਾ? ਹਾਂ ਬਿਲਕੁਲ ਜੀ, ਲਗਾਤਾਰ ਆਪਾਂ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਕਰਦੇ ਆਏ ਹਾਂ ਕਿ ਭਾਜਪਾ ਚਾਹ ਸ਼ਾਮਲ, ਭਾਜਪਾ ਚਾਹ ਸ਼ਾਮਲ, ਭਾਜਪਾ ਚਾਹ ਸ਼ਾਮਲ, ਇਹਦੇ ਵਿਚਾਲੇ ਆਪ ਸ਼ਾਮਲ ਹੋਣ ਦੀਆਂ ਖਬਰਾਂ ਵੀ ਆ ਜਾਂਦੀਆਂ ਸੀ ਜੀ। ਪਰ ਅੱਜ ਚਰਚਾ ਸਵੇਰ ਦੀ ਪੰਜਾਬ ਦੇ ਗਲਿਆਰਿਆਂ 'ਚ ਚੱਲ ਰਹੀ ਹੈ ਕਿ ਭਾਜਪਾ ਦਾ ਇੱਕ ਲੀਡਰ ਗਿਆ ਜੀ, ਉਹ ਵੀ ਜਿਹੜਾ ਕੇਂਦਰ 'ਚ ਮੰਤਰੀ ਰਿਹਾ ਹੋਵੇ। ਮੈਂ ਵਿਜੇ ਸਾਂਪਲਾ ਹੋਰਾਂ ਦੀ ਗੱਲ ਕਰ ਰਿਹਾ ਜੀ। ਵਿਜੇ ਸਾਂਪਲਾ ਹੋਰਾਂ ਨੂੰ ਪੱਕੀ ਉਮੀਦ ਸੀਗੀ ਜੇ ਸੋਮ ਪ੍ਰਕਾਸ਼ ਨੂੰ ਟਿਕਟ ਨਹੀਂ ਤਾਂ ਮੈਨੂੰ ਮਿਲੂਗੀ, ਨਹੀਂ ਕਿਸੇ ਹੋਰ ਬੰਦੇ ਨੂੰ ਮਿਲੂਗੀ, ਸੋਮ ਪ੍ਰਕਾਸ਼ ਨੂੰ ਨਹੀਂ ਮਿਲਦੀ। ਅਤੇ ਇਹ ਇਸ ਲਈ ਕਿਉਂਕਿ ਸੋਮ ਪ੍ਰਕਾਸ਼ ਨੂੰ ਟਿਕਟ
ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਦਿੱਤੀ ਸੀ ਜੀ। ਅਤੇ ਇਹ ਇਸ ਲਈ ਕਹਿੰਦੇ ਵਿਜੇ ਸਾਂਪਲਾ ਨਾਰਾਜ਼ ਚੱਲ ਰਹੇ ਸੀਗੇ ਕਿ ਆਹ ਕੀ ਹੈ ਜੀ, ਅਤੇ ਕਿਹਦਾ ਮੇਰਾ ਹੱਕ ਬਣਦਾ ਕਹਿੰਦੇ। ਸੋ ਇਸ ਨੇ ਜਦੋਂ ਪਤਾ ਹੋ ਗਿਆ ਕਿ ਸੌਂਕਗਾ ਦੀ ਟਿਕਟ ਕੱਟੀ ਜਾ ਰਹੀ ਹੈ ਤਾਂ ਵਿਜੇ ਸਾਂਪਲਾ ਲਾਈਨ ਸਭ ਤੋਂ ਮੂਹਰੇ ਖੜ੍ਹਨ ਨਜ਼ਰ ਆ ਰਹੀ ਸੀ, ਪਰ ਜਦੋਂ ਉਹਨਾਂ ਦੀ ਪਤਨੀ ਅਨੀਤਾ ਸੌਂ ਪ੍ਰਕਾਸ਼ ਨੂੰ ਟਿਕਟ ਦੇ ਤੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਬਾਗੀ ਸੁਰ ਅਲਾਪ ਲਿਆ। ਪਹਿਲਾਂ ਤਾਂ ਸੋਸ਼ਲ ਮੀਡੀਆ ਤੋਂ ਅਨਿਲ ਵਿਜ ਵਾਂਗ ਹਟਾਇਆ, ਮੋਦੀ ਮੇਰਾ ਪਰਿਵਾਰ ਹੈ ਨਾ, ਮੋਦੀ ਪਰਿਵਾਰ, ਉਹ ਟੈਗ ਲਾਈਨ ਹਟਾਈ ਆਪਣੇ ਸੋਸ਼ਲ ਮੀਡੀਆ ਤੋਂ ਵਿਜੇ ਸਾਂਪਲਾ ਨੇ। ਫਿਰ ਲਿਖਿਆ ਕਿ ਜੇ ਇੱਕ ਰਾਹ ਬੰਦ ਹੁੰਦਾ ਤਾਂ ਪਰਮਾਤਮਾ ਹੋਰ ਕਈ ਰਾਹ ਖੋਲ੍ਹ ਦਿੰਦਾ ਹੈ, ਸਾਥ ਦੇਣ ਵਾਲਿਆਂ ਦਾ ਧੰਨਵਾਦ। ਸੋ ਜਦੋਂ ਇਹ ਗੱਲ ਲਿਖੀ ਅਤੇ ਉਹਦੇ ਨਾਲ ਇਹ ਇਸ਼ਾਰਾ ਚਲਾ ਗਿਆ ਕਿ ਲਓ ਜੀ, ਮਤਲਬ ਕਿ ਕਿਤੇ ਨਾ ਕਿਤੇ ਇਹ ਹੁਸ਼ਿਆਰਪੁਰ ਦੀ ਸੀਟ ਦਾ ਹੀ ਮਤਲਬ। ਹੁਸ਼ਿਆਰਪੁਰ ਦੀ ਸੀਟ ਤੋਂ ਆਮ ਆਦਮੀ ਪਾਰਟੀ ਰਾਜ ਕੁਮਾਰ ਚੱਬੇਵਾਲ ਨੂੰ ਐਲਾਨ ਚੁੱਕੀ ਹੈ ਜੀ, ਭਾਜਪਾ ਨੇ ਸੋਮ ਪ੍ਰਕਾਸ਼ ਦੀ ਪਤਨੀ ਨੂੰ ਐਲਾਨ ਦਿੱਤਾ, ਪਰ ਅਕਾਲੀ ਅਤੇ ਕਾਂਗਰਸੀਆਂ ਵੱਲੋਂ ਅਜੇ ਉਮੀਦਵਾਰ ਐਲਾਨਾ ਬਾਕੀ ਹੈ ਜੀ। ਰਸਤਾ ਬੰਦ ਹੁੰਦਾ ਤਾਂ ਭਗਵਾਨ ਕਈ ਰਸਤੇ ਖੋਲਦਾ, ਮਤਲਬ ਇੱਕੋ ਸਮੇਂ ਵਿਜੇ ਸਾਂਪਲਾ ਕੀ ਅਕਾਲੀ ਦਲ ਦੇ ਫਿਰ ਕਾਂਗਰਸ ਦੇ ਵੀ ਸੰਪਰਕ 'ਚ ਨੇ, ਅਤੇ ਜੇ ਕਾਂਗਰਸ ਚੌਧਰੀ ਪਰਿਵਾਰ ਨੂੰ ਐਡਜਸਟ ਕਰਦੀ ਹੈ ਇੱਥੇ ਤਾਂ ਕੀ ਅਕਾਲੀ ਦਲ ਵੱਲੋਂ ਵਿਜੇ ਸਾਂਪਲਾ ਉਮੀਦਵਾਰ ਹੋਣਗੇ? ਪੁਰਾਣਾ ਗੱਠਜੋੜ ਰਿਹਾ, ਰਾਬਤਾ ਤਾਂ ਰਿਹਾ ਹੀ ਹੋਊਗਾ ਅਕਾਲੀ ਦਲ ਨਾਲ ਚੰਗਾ ਜੀ। ਨਹੀਂ ਇਸ ਦੇ ਪਾਈ ਕਮੈਂਟ ਤੋਂ 40 ਮਿੰਟ ਬਾਅਦ ਕਹਿੰਦੇ ਕਰੀਬ ਜਾਂ ਘੰਟੇ 3-4 ਘੰਟਿਆਂ ਬਾਅਦ ਸ਼ਾਇਦ ਕਹਿੰਦੇ ਇੱਕ ਹੋਰ ਸੁਨੇਹਾ ਆਉਂਦਾ ਹੈ ਜਿਹਦੇ 'ਚੋਂ ਲਿਖਦੇ ਨੇ, ਮੈਂ ਤਾਂ ਆਪਣਾ ਖੂਨ ਪਸੀਨਾ ਵਹਾ ਦਿੱਤਾ, ਹੁਣ ਬਾਰਿਸ਼ ਲਿਖੇਗੀ ਮੁਕੱਦਰ ਜ਼ਮੀਨ ਦਾ। ਸੋ ਜੀ ਹੁਣ ਇਹਦਾ ਮਤਲਬ ਉਹਨਾਂ ਨੇ ਪੂਰਾ ਜ਼ੋਰ ਲਾ ਤਾ, ਹੁਣ ਨਵੀਂ ਫਸਲ ਉੱਗਣ ਲਈ ਤਿਆਰ ਹੈ ਜੀ ਜੀ। ਗੱਲ ਨਹੀਂ ਕਹਿੰਦੇ ਭਾਜਪਾ ਨੂੰ ਫਿਕਰ ਪਾਤਾ ਕਿ ਪਹਿਲਾਂ ਹੰਸਰਾਜ ਦਿੱਲੀ ਤੋਂ ਪੰਜਾਬ ਜਾ ਕੇ ਚੱਲਿਆ ਸੀ ਇੱਕ ਪਾਰਟੀ ਕੰਨੀ ਨੂੰ, ਉਹਨੂੰ ਮਤਾਂ ਟਿਕਟ ਦੇ ਕੇ ਸੰਭਾਲਿਆ, ਹੁਣ ਵਿਜੇ ਸਾਂਪਲਾ ਦਾ ਕੀ ਕਰੀਏ? ਇਹਦੇ ਵਿਚਾਰੇ ਚਰਚਾ ਚੱਲ ਰਹੀ ਹੈ ਕਿ ਹੁਣ ਤਾਂ ਕੋਈ ਜੀ ਸੀਟ ਵੀ ਨਹੀਂ ਜਿੱਥੇ ਨੂੰ ਐਡਜਸਟ ਕਰੀਏ। ਕੀ ਬੀਜੇਪੀ ਹਿੰਮਤ ਕਰ ਸਕਦੀ ਹੈ, ਇਹ ਨਵੀਂ ਪਹਿਲਕਦਮੀ ਕਰਕੇ ਦਿਖਾ ਸਕਦੀ ਕਿ ਜਨਰਲ ਸੀਟ ਤੋਂ ਉਡਾਉਂਦੇ ਵਿਜੇ ਸਾਂਪਲਾ ਨੂੰ? ਜਿਹੜਾ ਪਈਆਂ ਨੇ ਸੀਟਾਂ ਉਹਨਾਂ 4 ਪਈਆਂ ਨੇ ਜੀ 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 ਦੇਣ, ਜਾਂ ਫਿਰ ਇੱਥੇ ਪਹਿਲੂ ਇਹੀ ਹੈ ਕਿ ਵਿਜੇ ਸਾਂਪਲਾ ਹੁਣ ਪਾਲਾ ਬਦਲਣਗੇ, ਇਹ ਇੱਕ ਬੀਜੇਪੀ ਨੇ ਝਟਕਾ ਹੋਏਗਾ ਜੀ। ਦੀਪਕ ਜੀ ਦੱਸਿਓ, ਕਾਂਗਰਸੀ ਉਮੀਦਵਾਰਾਂ ਦੇ ਹਲਕਿਆਂ ਦੇ ਵਿੱਚੋਂ ਕਹਿੰਦੇ ਬਾਗੀ ਸੁਰਾਂ ਉੱਠ ਰਹੀਆਂ ਨੇ, ਸੋ ਕੀ ਚੱਲ ਰਿਹਾ ਜੀ? ਬਿਲਕੁਲ ਜੀ, ਇਹ ਆਪਾਂ ਬੇਸ਼ੱਕ ਕਾਂਗਰਸ ਨੇ ਅੱਜ ਤੱਕ 6 ਉਮੀਦਵਾਰ ਐਲਾਨੇ ਨੇ, ਪਰ 6 ਚੋਂ ਜੇ ਆਪਾਂ ਚੰਡੀਗੜ੍ਹ ਵਾਲੀ ਵੀ ਮਨਾ ਲਈਏ ਤਾਂ 7ਵੀਆਂ ਹੋ ਗਈਆਂ, 7 ਚੋਂ 4-5 ਤਾਂ ਸਿੱਧੀ ਬਗਾਵਤ ਸ਼ੁਰੂ ਹੋ ਗਈ ਜੀ। ਜਿਸ ਤਰ੍ਹਾਂ ਆਪਾਂ ਜਲੰਧਰ ਵਾਲੀ ਗੱਲ ਲਗਾਤਾਰ ਕਰਦੇ ਆ ਰਹੇ ਹਾਂ, ਚੰਨੀ ਉਹਨਾਂ ਨੂੰ ਲੈ ਕੇ ਚੈਲੰਜ ਬਣਦਾ ਜਾ ਰਿਹਾ ਸੀ ਹੈ ਨਾ ਪਰਿਵਾਰ ਦਾ, ਚੌਧਰੀ ਪਰਿਵਾਰ ਦਾ, ਹੁਣ ਉਸ ਨੂੰ ਲੈ ਕੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਇਸ ਲਈ ਕਹਿੰਦੇ ਉੱਥੇ ਐਡਜਸਟਮੈਂਟ ਹੋ ਸਕਦੀ ਹੈ ਉਸ ਪਹਿਲੂ 'ਤੇ ਚੰਨੀ ਉਹਨਾਂ ਦੀ ਹਾਈਕਮਾਂਡ ਦੀ ਕੋਸ਼ਿਸ਼ ਜਾ ਰਹੀ ਹੈ। ਪਰ ਸਭ ਤੋਂ ਵੱਡਾ ਮਸਲਾ ਬਣਦਾ ਜਾ ਰਿਹਾ ਪਟਿਆਲੇ 'ਚ, ਗਾਂਧੀ ਦੇ ਖਿਲਾਫ ਹੈ ਨਾ ਮਦਨ ਲਾਲ ਹੋਰਾਂ ਨੇ, ਜਵਾਲਪੁਰ ਉਹਨਾਂ ਨੇ, ਉਹ ਹਰਦਿਆਲ ਕੰਬੋਜ ਹੋਰਾਂ ਨੇ ਕਹਿੰਦੇ ਖੁੱਲ੍ਹੀ ਬਗਾਵਤ ਛੇੜਤੀ, ਅਤੇ ਇਸ ਪਹਿਲੂ ਦੇ ਉੱਤੇ ਪਟਿਆਲੇ ਦੇ ਵਿੱਚ 2 ਦਿਨ ਪਹਿਲਾਂ ਇੱਕ ਗੁਪਤ ਬੈਠਕ ਹੋਈ ਹੈ, ਉਸ ਬੈਠਕ 'ਚ ਤੈਅ ਕੀਤਾ ਕਿ 20 ਤਰੀਕ ਨੂੰ ਆਪਾਂ ਇੱਕ ਮੀਟਿੰਗ ਕਰਨੀ ਆ, ਅਤੇ ਉਸ ਨੂੰ ਆਰ ਪਾਰ ਦਾ ਫੈਸਲਾ ਲੈਣਾ ਕਿ ਆਪਾਂ ਪਾਰਟੀ 'ਚ ਰਹਿਣਾ, ਬਗਾਵਤ ਕਰਨੀ ਹੈ, ਬਾਹਰ ਆਉਣਾ, ਜਾਂ ਕਿਸੇ ਧਰਨ ਨਾਲ ਜਾਣਾ, ਰਾਜਮਹਿਲ ਦੇ ਪਿਛਲੇ ਦਰਵਾਜ਼ੇ ਦਾਖਲ ਆਉਣਾ। ਇਸ ਲਈ ਕਹਿੰਦੇ 20 ਤਰੀਕ ਨਿਰਧਾਰਿਤ ਹੋ ਗਈ, ਅਤੇ ਹਰਦਿਆਲ ਕੰਬੋਜ ਉਹ ਬੈਠਕ ਦੀ ਮੈਨੇਜਮੈਂਟ ਕਰ ਰਹੇ ਸੀ ਸਾਰੀ ਕਿ ਰਾਜਪੁਰੇ ਬੈਠਕ ਕਰਨੀ ਹੈ ਜੀ, ਪਰ ਇਸ ਬਗਾਵਤ ਦੀਆਂ ਉੱਠ ਰਹੀਆਂ ਸੁਰਾਂ ਨੂੰ ਠੰਡਿਆ ਕਰਨ ਲਈ ਅੱਜ ਰੋਟੀ ਖਾਣ ਪਹੁੰਚ ਗਏ ਜੀ ਰਾਜਾ ਬੜਿੰਗ ਜੀ ਉਹਨਾਂ ਦੇ ਘਰੇ, ਅਤੇ ਨਾਲ ਹੋਰ MLA ਨੂੰ ਮਿਲਿਆ ਅਤੇ ਮਨਾਉਣ ਦੀ ਕੋਸ਼ਿਸ਼ ਹੈ, ਸੋਚ ਕਿੰਨਾ ਕੁ ਸਫਲ ਨੂੰ ਦੇਣੇ ਦੇਖਣ ਵਾਲੀ ਗੱਲ ਹੋਊਗੀ, ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਵੀ ਇੱਦਾਂ ਨਾ ਕਰੋ। ਅਤੇ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਸੁਖਪਾਲ ਖਹਿਰਾ ਨੂੰ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ, ਗੋਲਡੀ ਨੇ ਸਵਾਗਤ ਦੇ ਨਾਲ ਨਾਲ ਚੈਲੰਜ ਕਰ ਲਿਆ, ਕਹਿੰਦਾ ਮੇਰੇ ਨਾਲ ਧੋਖਾ, ਜਿਵੇਂ ਚੋਣ ਦੇ ਸਮੇਂ ਕਹਿੰਦਾ ਕਿ ਅਸੀਂ ਲੜੀਏ ਤਾਂ ਜ਼ਿਆਦਾ ਆ ਜਾਂਦਾ ਵੱਡਾ ਚਿਹਰਾ, ਕਹਿੰਦਾ ਵੱਡਾ ਚਿਹਰਾ ਪੈਸਿਆਂ ਵਾਲਾ ਹੁੰਦਾ ਕਿ ਪਾਰਟੀ ਦਾ ਵਫ਼ਾਦਾਰੀ ਨਾਲ ਹੁੰਦਾ। ਸੋ ਦਲਵੀਰ ਗੋਲਡੀ ਵਾਰੀ ਸਾਬਕਾ MLA ਰਹੇ ਨੇ ਅਤੇ ਪਾਰਟੀ ਨੇ ਜਿੱਥੇ ਖੜਾ ਕੀਤਾ ਉੱਥੇ ਲੜਦੇ ਰਹੇ ਨੇ,
ਭਗਵੰਤ ਮਾਨ ਦੇ ਖਿਲਾਫ਼ ਵੀ ਮੈਦਾਨ 'ਚ ਉਤਰਨ ਵਾਲਾ ਦਲਵੀਰ ਗੋਲਡੀ ਕਹਿੰਦਾ ਕਿ ਮੇਰੇ ਨਾਲ ਵਾਅਦਾ ਸੀਗਾ ਕਿ 2022 ਦੇ ਵਿੱਚ 2024 'ਚ ਤੈਨੂੰ ਦਿਆਂਗੇ MP ਟਿਕਟ, ਹੁਣ ਕਹਿੰਦਾ ਕੀ ਕਿੱਥੇ ਗਿਆ ਉਹ ਵਾਅਦਾ। ਇਸ ਮਸਲੇ 'ਤੇ ਕਹਿੰਦੇ ਜੀ ਉਹਨੇ ਬਾਗੀ ਸੁਰ ਲਾਪਿਆ ਅਤੇ ਅੱਜ ਰਾਜਾ ਬੜੀ ਉੱਥੇ ਵੀ ਪਹੁੰਚ ਗਈ ਜੀ। ਜਿਤਮਿੰਦਰ ਸਿੱਧੂ ਨੇ ਬਗਾਵਤ ਖੜੀ ਕਰ ਰਹੀ ਤੇ ਉਸਨੂੰ ਰਾਜਾ ਬੜਿੰਗ ਆਪਣੇ ਘਰੇ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਸਥਿਤੀ ਮਨੀਸ਼ ਤਿਵਾੜੀ ਨਾਲ ਵੀ ਦੇਖਣ ਨੂੰ ਮਿਲ ਰਹੀ ਹੈ। ਪਵਨ ਬਾਂਸਲ ਦੀਆਂ ਧਿਰਾਂ ਨੇ ਬਾਗੀ ਸੁਰ ਲਾਪ ਲਈ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਨੇ। ਅੱਜ ਕਿਸੇ ਘਰ ਪਹੁੰਚੇ ਸੀਗੇ ਆਪਣਾ ਮਨੀਸ਼ ਤਿਵਾੜੀ ਮਨਾਉਣ ਲਈ, ਉੱਥੇ ਇੱਕ ਘੰਟੇ ਤੋਂ ਬਾਅਦ ਜਦੋਂ ਮਾਹੌਲ ਵਿਗੜਨ ਲੱਗਿਆ ਤਾਂ ਚੁੱਪ ਕਰਕੇ ਖਿਸਕਣਾ ਹੀ ਸਹੀ ਸਮਝਿਆ। ਸੋ ਇਸ ਲਈ ਕਾਂਗਰਸ ਨੇ ਅਜੇ 6 ਐਲਾਨੀਆਂ ਨੇ ਤੇ 6 ਚੋਂ 5 ਦੇ ਥਾਂ ਤੇ ਬਗਾਵਤ ਦਾ ਸਾਹਮਣਾ, ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਘਰੋਂ ਹੀ, ਤੇ ਜੇ 7 ਐਲਾਨਣੇ ਨੇ ਪਤਾ ਨੀ ਕੀ ਹੋਊਗਾ। ਕਾਂਗਰਸ ਦਾ ਕਾਟੋ ਕਲੇਸ਼ ਪਹਿਲੇ ਦਿਨ ਤੋਂ ਆਈ ਚੱਲਦਾ ਰਹੇ ਜੀ, ਲੜਨ ਦੀ ਹੋਰ ਆਸ ਹੈਗੀ। ਕਾਂਗਰਸ ਦਾ ਕਾਟੋ ਕਲੇਸ਼ ਤੇ ਹੁਣ ਕਹਿ ਲਓ ਵੀ ਜਦੋਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਦਾ ਹੀ ਚੱਲ ਰਿਹਾ ਜੀ। ਦੀਪਕ ਜੀ, ਕਿਸਾਨਾਂ ਨੇ ਰੇਲਾਂ ਜਾਮ ਕੀਤੀਆਂ ਨੇ ਜੀ। ਸੋ ਜਿਹੜੀ ਇਸ ਵੇਲੇ ਕਿਸਾਨਾਂ ਵੱਲੋਂ ਮੁਹਿੰਮ ਵਿੱਢੀ ਗਈ ਆ ਉਹਦੇ ਵਿੱਚ ਇਹ ਰੇਲਾਂ ਜਾਮ ਕਰਨ ਵਾਲਾ ਜਿਹੜੀ ਕੜੀ ਹੈ ਉਹ ਅੱਜ ਜੁੜੀ ਹੈ ਜੀ। ਦੇਖੋ ਇਹ ਮਸਲਾ ਵੈਸੇ ਤਾਂ ਪਹਿਲਾਂ ਤੋਂ ਵੀ ਕੁਛ ਐਲਾਨ ਹੁੰਦੇ ਰਹੇ ਸੀ, ਸਮੇਂ ਸਮੇਂ 'ਤੇ ਸਰਕਾਰ ਨਾਲ ਬੈਠਕਾਂ ਹੁੰਦੀਆਂ ਰਹੀਆਂ ਉਸ ਮਸਲਿਆਂ ਦੇ ਉੱਤੇ ਵੀ, ਪਰ ਇਹ ਪਹਿਲੂ ਥੋੜ੍ਹਾ ਜਿਹਾ ਇਸ ਲਈ ਅਹਿਮ ਹੈ ਕਿ ਹਰਿਆਣਾ ਦੀ ਸਰਕਾਰ ਵੱਲੋਂ ਉਹ ਬਾਰਡਰ ਕੈਨਲ ਵਾਲਾ ਮੁੰਡਾ ਵੀ ਅਤੇ 3-4 ਕਿਸਾਨ ਹੋਰ ਵੀ ਜਿਹੜੇ ਨਹੀਂ ਛੱਡੇ ਜਾ ਰਹੇ, ਉਸ ਮਸਲੇ 'ਤੇ ਅਲਟੀਮੇਟਮ ਸੀਗਾ ਕਿਸਾਨ ਜਥੇਬੰਦੀਆਂ ਵੱਲੋਂ ਬਕਾਇਦਾ ਤੌਰ 'ਤੇ ਕਿ ਜੇਕਰ ਤੁਸੀਂ ਨਹੀਂ ਛੱਡਦੇ ਤਾਂ ਅਸੀਂ 16 ਤਰੀਕ ਨੂੰ ਬਕਾਇਦਾ ਤੌਰ 'ਤੇ ਰੇਲਵੇ ਦਾ ਜਾਮ ਕਰਾਂਗੇ। ਸੋ ਅੱਜ ਉਸ ਪਹਿਲੂ ਦੇ ਉੱਤੇ ਉਸ ਚੈਲੰਜ ਨੂੰ ਜਿਹੜਾ ਦਿੱਤਾ ਹੋਇਆ ਸੀ ਉਸ ਦੇ ਬਾਵਜੂਦ ਜਾਂ ਭਰੋਸਾ ਜਿਹੜਾ ਸਰਕਾਰ ਨੇ ਦਿੱਤਾ ਸੀ ਉਹਦੇ ਪਰ ਸਰਕਾਰ ਉਤਰੀ ਨਹੀਂ ਉਤਰੀ, ਤਾਂ ਫਿਰ ਇਸ ਭਰੋਸੇ ਨੂੰ ਮਤਲਬ ਕਿ ਉਹਨਾਂ ਨੇ ਰੇਲਵੇ ਟਰੈਕ 'ਤੇ ਜਾ ਕੇ ਕੱਢਿਆ। ਬਕਾਇਦਾ ਤੌਰ 'ਤੇ ਸ਼ੰਭੂ ਬਾਰਡਰ 'ਤੇ ਜਿੰਨੀਆਂ ਕਿਸਾਨ ਜਥੇਬੰਦੀਆਂ ਧਰਨਾ ਲਾ ਰਹੀਆਂ ਉਹਨਾਂ ਨੇ ਰੇਲਵੇ ਟਰੈਕ ਕਰਨ ਲਈ ਰੋਕ ਕੀਤਾ, ਸ਼ੰਭੂ ਰੇਲਵੇ ਸਟੇਸ਼ਨ ਨੇ ਰੋਕ ਕੀਤਾ, ਤਾਂ ਪੰਜਾਬ ਪੁਲਿਸ ਰੋਕਣ ਲਈ ਵੀ ਆਈ, ਉੱਥੇ ਧੱਕਾ ਮੁੱਕੀ ਵੀ ਬੈਰੀਕੇਟਿੰਗ ਵੀ ਤੋੜੇ ਗਏ ਅਤੇ ਪੰਨੇ ਗਏ ਅਤੇ ਉਹ ਤੋਂ ਬਾਅਦ ਕਿਸਾਨਾਂ ਨੇ ਰੇਲਾਂ ਰੋਕੀਆਂ। 34 ਤੋਂ ਵੱਧ ਰੇਲਾਂ ਪ੍ਰਭਾਵਿਤ ਹੋਈਆਂ ਨੇ ਸਿੱਧੀਆਂ। ਇਸ ਲਈ ਜੇਕਰ ਹੁਣ ਵੀ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਆਪਸ ਵਿੱਚ ਤਾਲਮੇਲ ਕਰਕੇ ਕਿਸਾਨਾਂ ਦੀ ਰਿਹਾਈ ਵਾਲੇ ਮਸਲੇ ਨੂੰ ਸੋਲਵ ਨਹੀਂ ਕਰਦੀ ਤਾਂ ਇਹ ਵੱਡਾ ਪਹਿਲੂ ਹੋ ਸਕਦਾ। ਸੋ ਦਿੱਲੀ ਦਾ ਰੇਲਵੇ ਟਰੈਕ ਆ ਉਹ ਇਸਦੀ ਰਾਜਧਾਨੀ ਨੂੰ ਜਾਮ ਹੋਣ ਦੇ ਨਾਲ ਵਪਾਰਕ ਤੌਰ ਦੇ ਉੱਤੇ ਵੀ ਅਤੇ ਮਾਲ ਗੱਡੀ ਅਤੇ ਸਵਾਰੀ ਗੱਡੀ ਵੀ ਕਿੰਨੀਆਂ ਪ੍ਰਭਾਵਿਤ ਹੋ ਸਕਦੀਆਂ। ਸੋ ਜੇਕਰ ਅੱਜ ਹੀ ਉਸ ਪ੍ਰਦਰਸ਼ਨ ਦੌਰਾਨ 34 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ, ਸੋ ਇਹ ਕਹਿੰਦੇ ਕਿ ਅਸੀਂ ਨਹੀਂ ਇਸ ਨੂੰ ਫਿਰ ਪੱਕਾ ਵੀ ਬਣਾ ਸਕਦੇ ਹਾਂ ਜੇਕਰ ਤੁਹਾਡੇ ਨਾਲ ਸੁਣੀ। ਅਤੇ ਇਹ ਤੋਂ ਬਿਨਾਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਮੰਗਾਂ ਜਿਹੜੀਆਂ ਕਿਉਂ ਖੜੀਆਂ ਨੇ, ਉਹ ਕਹਿੰਦੇ ਚਾਹੇ ਚੋਣ ਜਾਬਤਾ ਚਾਹੇ ਕੁਛ ਹੈ, ਤਾਂ ਇਸ ਮਸਲੇ 'ਤੇ ਸਰਕਾਰ ਚੋਣ ਮੈਨੀਫੈਸਟੋ ਸ਼ਾਮਲ ਕਰਦੀ। ਉਹ ਮੋਦੀ ਦੀ ਗਰੰਟੀ ਦੇ ਵਿੱਚ ਵੀ ਕੁਝ ਅਜਿਹਾ ਨਹੀਂ ਲੱਭ ਰਿਹਾ ਕਿ ਆਹ ਕਿਸਾਨਾਂ ਲਈ ਕੁਛ ਕਰਨਾ ਚਾਹੁੰਦੇ ਨੇ। ਇਸ ਦੀ ਰੋਸਾ ਉਹਨਾਂ ਦਾ ਬਰਕਰਾਰ ਹੈ ਜੀ, ਔਰ ਅੱਜ ਰੇਲਾਂ ਜਾਮ ਕਰ ਦਿੱਤੀਆਂ। ਦੀਪਕ ਜੀ, ਪਹਿਲੇ ਗੇੜ ਦੀਆਂ ਵੋਟਾਂ ਦਾ ਜਿਹੜਾ ਸਿਲਸਿਲਾ ਉਹ ਪਰਸੋਂ ਸ਼ੁਰੂ ਹੋਣਾ ਅਤੇ ਹੁਣ ਚੋਣ ਪ੍ਰਚਾਰ ਪਹਿਲੇ ਗੇੜ ਵਾਸਤੇ ਬੰਦ ਹੋ ਚੁੱਕਾ ਜੀ। ਬਿਲਕੁਲ ਜੀ, 19 ਤਰੀਕ ਨੂੰ ਭਾਰਤ ਦੇ ਵਿੱਚ ਆਮ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਪੈਣੀਆਂ। 7 ਗੇੜ 'ਚ ਵੋਟਾਂ ਨੇ, ਆਖਰੀ ਗੇੜ 'ਚ ਪੰਜਾਬ ਹੈ ਜਿੱਥੇ 1 ਜੂਨ ਨੂੰ ਵੋਟਾਂ ਪੈਣੀਆਂ। ਸੋ ਸਹੀ ਮਾਇਨੇ 'ਚ ਚੋਣ ਪ੍ਰਕਿਰਿਆ ਪਰਸੋਂ ਤੋਂ ਸਮਝ ਲਓ ਭਾਰਤ ਦੇ ਹਿਸਾਬ ਨਾਲ 19 ਤਰੀਕ ਤੋਂ ਸ਼ੁਰੂ ਹੋਣੀਆਂ ਜੀ। ਸੋ ਇਸ ਲਈ ਅੱਜ 17 ਤਰੀਕ ਨੂੰ ਸ਼ਾਮ ਨੂੰ 5 ਵਜੇ ਇਹਨਾਂ ਜਿੱਥੇ ਪਹਿਲੇ ਗੇੜ ਦੀਆਂ ਵੋਟਾਂ ਨੇ ਉੱਥੇ ਚੋਣ ਪ੍ਰਚਾਰ ਬੰਦ ਹੋ ਗਿਆ। ਮਤਲਬ ਭਾਰਤ ਦੇ ਵਿੱਚ 21 ਸੂਬਿਆਂ ਦੀਆਂ 102 ਲੋਕ ਸਭਾ ਸੀਟਾਂ ਦੇ ਉੱਤੇ ਅੱਜ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਬਾਹਰੀਆਂ ਨੂੰ, ਸਾਰਿਆਂ ਨੂੰ, ਪ੍ਰਚਾਰਕਾਂ ਨੂੰ ਬਾਹਰ ਭੇਜ ਦਿੱਤਾ ਗਿਆ ਹਲਕਿਆਂ 'ਚੋਂ। ਰੈਲੀਆਂ, ਚੀਕ ਚੰਗਿਆੜਾ, ਰੌਲਾ ਰੱਪਾ, ਸਪੀਕਰ ਸਭ ਬੰਦ ਨੇ।
ਹਾਂ ਪਰਚੀਆਂ ਪੁਰਚੀਆਂ ਦੇਣ ਦੇ ਬਹਾਨੇ ਘਰਾਂ 'ਚ ਪ੍ਰਚਾਰ ਹੋ ਸਕਦਾ। ਸੋ ਇਹ ਸਵਾਦੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ 21 ਸੂਬਿਆਂ ਦੀਆਂ ਜਿਹੜੀਆਂ ਮਤਲਬ 102 ਲੋਕ ਸਭਾ ਸੀਟਾਂ ਨੇ, ਜਿਹਨਾਂ 'ਚੋਂ ਸਭ ਤੋਂ ਵੱਧ ਤਾਮਿਲਨਾਡੂ ਦੀਆਂ ਆਉਂਦੀਆਂ ਨੇ, ਜਿੱਥੇ 39 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਨੇ। ਉਸ ਤੋਂ ਬਾਅਦ ਰਾਜਸਥਾਨ ਦੀਆਂ ਇਹਦੇ ਵਿੱਚ 12 ਨੇ ਜੀ, ਮੱਧ ਪ੍ਰਦੇਸ਼ ਦੀਆਂ 11 ਨੇ, ਯੂਪੀ ਦੀਆਂ 8 ਨੇ, ਉੱਤਰਾਖੰਡ ਅਤੇ ਅਸਾਮ ਦੀਆਂ 5-5 ਨੇ, ਬਿਹਾਰ ਦੀਆਂ 4 ਨੇ, ਪੱਛਮੀ ਬੰਗਾਲ ਦੀਆਂ 3 ਨੇ, ਅਰੁਣਾਚਲ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ ਦੀਆਂ 2-2 ਨੇ, ਅੰਡੇਮਾਨ ਨਿਕੋਬਾਰ, ਛੱਤੀਸਗੜ੍ਹ, ਜੰਮੂ ਕਸ਼ਮੀਰ, ਲਕਸ਼ਦੀਪ, ਨਾਗਾਲੈਂਡ, ਮਿਜ਼ੋਰਮ, ਪੋਂਡੀਚੇਰੀ, ਇੱਥੇ 21 ਸੀਟਾਂ 'ਤੇ ਵੋਟਿੰਗ ਹੋਣੀ ਹੈ। ਇਹਦੇ ਨਾਲ ਨਾਲ ਅਰੁਣਾਚਲ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ਵੀ ਹੈ, ਜਿੱਥੇ 60 ਸੀਟਾਂ ਦੇ ਉੱਤੇ ਵੋਟਿੰਗ ਹੋਣੀ ਹੈ। ਸੋ ਪਹਿਲੇ ਗੇੜ ਦੇ ਵਿੱਚ 1625 ਉਮੀਦਵਾਰਾਂ ਦਾ ਭਵਿੱਖ 19 ਤਰੀਕ ਨੂੰ ਪਹਿਲੇ ਗੇੜ ਦੀਆਂ ਵੋਟਾਂ ਦੇ ਨਾਲ ਈਵੀਐਮ 'ਚ ਕੈਦ ਹੋਇਆ ਅਤੇ 4 ਨਤੀਜੇ ਆਉਣੇ ਆ। ਸੋ ਇਸ ਲਈ ਜੀ ਅੱਜ ਚੋਣ ਪ੍ਰਚਾਰ ਰੁਕ ਗਿਆ 21 ਸੂਬਿਆਂ ਦੇ ਵਿੱਚ ਜੀ।